ਅੱਜ ਆਪਣੇ ਭੈਣਾਂ ਦਾ ਬਿਲਕੁਲ ਸਾਦੀ ਜੀ ਦੀ ਚੀਜ਼ ਦਾ ਸ਼ੇਅਰ ਕਰਦੀਆਂ। ਇੱਥੇ ਚਾਹ ਸੀਗਾ ਦਾਲ ਦਾਲ ਤਾਂ ਪਰ ਕੇ ਸਟਾ ਕੋ ਵਿੱਚ ਤਾਂ ਮੈਂ ਕਹੇ ਉਹ ਜੇ ਮੈਂ ਜੀ ਪੁੱਛਣੀ ਨਾ ਮੈਂ ਲੈ ਕੇ ਸਾਂ ਤਾਂ ਆ ਪਾਲਕ ਕੋਤੀ ਰੱਖੀ ਵੀ ਗਏ ਮਸਲਾ ਦਾਲ ਤਾਂ ਪਾਲਕ ਬਣਾ ਸਾਂ ਸੋਚੀ ਸੋਚੀ ਨਾ ਜੀ ਕਹਿ ਨਾ ਪਾਲਕ ਦਾ ਗੋਸ਼ਤ ਨਹੀਂ ਖਣਾ ਪਾਲਕ ਦਾ ਕੀਮਾ ਬਣਾ ਕੋਈ ਉਹਦੇ ਨਾਲ ਰੱਖੀ ਮਸਲਾ ਦਾਲ ਦਾ ਫੈਸਲਾ ਵਾਲ ਉਹ ਬਣਾ ਲਈ ਗਿਆ ਆਈਏ ਸ਼ੇਅਰ ਕਰ ਸਾਂ ਸਲਾ ਐਜੇ ਮੈਲ ਚੜੀ ਹੋਈ ਚਾਹ ਦਾਲੀ ਤੋਂ ਇਸ ਮੈਲ ਇੱਥੇ ਮਾਲ ਜਾਣਾ ਰੱਖੀ ਸੀ ਤਾਂ ਵੱਲ ਗਏ ਉਸਨੂੰ ਦੁਆ ਕਦੇ ਮੈਂ ਸਾਰੇ ਭੁੱਲਿਆ ਹੀ ਨਾ ਤਾਂ ਫਿਰ ਇਸਕੀ ਰਹਿੰਦੇ ਸਰ ਮੁਲ ਦਾਲੀ ਨਾ ਇਸਕੀ ਕਿ ਜਮ ਚੰਗੇ ਦੱਸਦਾ ਪਤਾ ਜਿਹੜਾ ਕੁੜੀਆਂ ਕੁੜੀਆਂ ਉਹ ਬਣਾਉਣਾ ਸਿੱਖਣੀਆਂ ਹੋ ਜਾਏ ਮਸਲਾ ਮੁੰਗਾ ਦਾ ਕਲਗੇ ਕਲ ਗਲੀ ਜਾਣੀ ਇੱਥੇ ਪਹਿਲੀ ਗੱਲੀ ਉਹ ਮੈਂ ਤੜਕੇ ਚ ਬਸ ਉਹਨਾਂ ਫਿਰ ਮੈਲ ਪੂਰੀ ਲੈ ਲਈ ਤਾਂ ਇਸ ਨਾਲ ਨਹੀਂ ਕਰਾ ਸਕੀ ਪਾ ਲਓ ਫਿਰ ਸਭ ਜੇ ਪਾਲਕਾਂ ਪਾਣੀ ਸੁੱਕੀ ਰਹੇ ਸੀ ਨਾ ਤਾਂ ਉਹਲਾ ਫਿਰ ਅਸੀਂ ਦਾਲ ਬਾਈ ਫਿਰ ਸਾਂ ਮੁਸ਼ਕਲ ਆ ਨਹੀਂ ਰਿਹਾ ਮੈਂ ਚਲੋ ਸ਼ੇਅਰ ਕਰੀ ਛੱਡਾ ਸਾਰਾ ਨਾ ਭੈਣਾਂ ਭੈਣਾਂ ਸ਼ੇਅਰ ਕਰੀ ਛੱਡਾ ਹੈ ਮਾੜਾ ਕਾਲਾ ਹੀ ਕਿਆ ਪੱਕਾ ਨਿਆਰਾ ਪੀਜਣਾ ਸੱਤੇ ਸਵੇਰੇ ਤਾਂ ਜਾ ਰਿਹਾ ਫਿਰ ਅਸੀਂ ਪੀਜਣਾ ਦਾ ਕੰਮ ਨਹੀਂ ਕਰਦੇ ਦਰੇਸ਼ ਨਾਲ ਅੱਜ ਤਾਂ ਹੁਣ ਰਾਤ ਪਈ ਗਈ ਹੈ ਟਾਈਮ ਤਾਂ ਬੋਲਣਾ ਬਸ ਫਿਰ ਬਸ ਭੇਜਣਾ ਬੰਦਾ ਥੋੜ੍ਹਾ ਥੋੜ੍ਹਾ ਮੌਸਮ ਮਾਸ਼ਾ ਦਾ ਠੀਕ ਹੋ ਸੀ ਨਾ ਤਾਂ ਫਿਰ ਨਾਲ ਸਾਰੀ ਵੀਡੀਓ ਸੁਣਾ ਇਹ ਸੁਣ ਪਾ ਲਓ ਆਪਣਾ ਪਾਣੀ ਸਾਰਾ ਸੁਕਾਈ ਗਈ ਸਾਰਾ ਪਾਣੀ ਪਲਕਾ ਹੀ ਸੁੱਕੀ ਗਿਆ ਫਿਰ ਖਾਲੀ ਕਿ ਹੋਈ ਗਿਆ ਕਿ ਉਹ ਤੋਂ ਤੇਲ ਇੱਥੇ ਜਿਹੜਾ ਤਾਂ ਵੈਸਾ ਦਾਲ ਹੀ ਬਾਸਣ ਵਿੱਚ ਪਲਕਾ ਸਭ ਜਦੇ ਆ ਦਾਲ ਹੀ ਬਾਸਣ ਹੋਵੇ ਦਾਲ ਬਾਸਣ ਆਉਂਦਾ ਫਿਰ ਵਿੱਚ ਜੈਸ ਪਈ ਸੀ ਗੁੱਸਾ ਨਹੀਂ ਗਿਆ ਪਾਲਕ ਜਿੱਦਾਂ ਛੋਲਿਆਂ ਦਾਲ ਤਾਂ ਪਾਲਕ ਬਣਾਓ ਨਾ ਤਾਂ ਬਹੁਤ ਮਜ਼ੇ ਦੀਆਂ ਨਹੀਂ ਤਾਂ ਜੇ ਮੱਸਾਂ ਦੀ ਦਾਲੀ ਪਾਈ ਤਾਂ ਬਣਾ ਸਕਦਾ ਨਹੀਂ ਮੈਂ ਉਹ ਛੋਲੇ ਦਾਲ ਟਾਈਮ ਨਾਲ ਸੜਿਆ ਵਾ ਮੈਂ ਕਦੋਂ ਨਹੀਂ ਲੱਗੀ ਤਾਂ ਉਹ ਬਣਾ ਉਹ ਤੁਹਾਡੇ ਕੀ ਲਈ ਨਾ ਫਿਰ ਤੁਹਾਡੇ ਦੇ ਸਮਝ ਲੋਕ ਮੱਛੀ ਪਾਲਕ ਸ਼ਾਲਕ ਸਭ ਪੈ ਕੇ ਜਾ ਰਹੇ ਇਸਦੇ ਵਿੱਚ ਜਸਟ ਹੋਈ ਜਾਏ ਫਿਰ ਪਕਾ ਸਾਂ ਰੋਟੀ ਦਾਲ ਗਾਲੀ ਕੋਈ ਨੰਬਰ ਹੋਇਆ ਨਾ ਅਤੇ ਭੱਲੀ ਜੀ ਇਹ ਵੀ ਆ ਸਾਵਤੀ ਹੈ ਦਾਲ ਇਹ ਤਾਂ ਝਾਈ ਸੀ ਤੁਸੀਂ ਬਹਿ ਲੈ ਕੇ ਸੌ ਸੌ ਉੱਥੇ ਬਹਿ ਕੇ ਇੰਨਾ ਦਾ ਹੁਣ ਅਸੀਂ ਰਹਿੰਦੇ ਸਭ ਥੋੜ੍ਹੀ ਦੇਰ ਦੇ ਵਿੱਚ ਬਸ ਖਾਲੀ ਬਣੀ ਗਈ ਆ ਉੱਥੇ ਹੀ ਜੀਰਾ ਬਸ ਉਸ ਦਾ ਸੁੱਕਾ ਤਾਂ ਨਹੀਂ ਗਾ ਥੋੜ੍ਹਾ ਜਿਹਾ ਪਾਣੀ ਜਿਹਾ ਲਾਉਣ ਵਿੱਚ ਕਾ ਸਫਾ ਹੋ ਜਾਂਦਾ ਇਹ ਪਾਣੀ ਦਾਲ ਹੀ ਸਫਾ ਜਿਹਾ ਉਹ ਆ ਇਹ ਆਬੂ ਕੋਈ ਨਾ ਠੰਡੀ ਹੈ ਜਿਹਾ ਘੜੀ ਜਿਹਾ ਸੀ ਕੋਈ ਇਸ ਕਾ ਸਫਾ ਲਾ ਛੋਲੇ ਦਾਲ ਦੇ ਟਾਈਮ ਨਾਲ ਸਾਡੇ ਛੋਲੇ ਦਾਲ ਪਾਲਕ ਬਣਾਉਣਾ ਅਤੇ ਲੇਟ ਹੋਈ ਇਸ ਕਰਕੇ ਮੈਂ ਉਹ ਗਲੀ ਗੱਲ ਨਹੀਂ ਲੱਗੀ ਥੋੜ੍ਹੀ ਮੈਂ ਜੀ ਕਹਿ ਤਾਂ ਟਾਈਮ ਨਹੀਂ ਲੱਗਣਾ ਉੱਥੇ ਆ ਗੱਲ ਜਾਵਾਂ ਵੀ ਮੈਂ ਬਣਾਉਣੀ ਹੱਡੀ ਚੋਰੀ ਕਰਨਾ ਪ੍ਰੈਸ਼ਰ ਕੁੱਕਰ ਮੇਰਾ ਬਣਾਈ ਨਾ ਦਾਲ ਹੀ ਬਣਾ ਮੈਂ ਪ੍ਰੈਸ਼ਰ ਕੁੱਕਰ ਨਾ ਗੋਸ਼ ਬਣਾ ਨਾ ਪਾਏ ਪਾਏ ਵੇਸਾ ਨੋਰਮਲ ਆਡੀ ਬਈ ਤਾਂ ਬਣਾਉਣੀ ਨਹੀਂ ਆ
ਅਸੀਂ ਮੁੱਕਾ ਇਹਦਾ ਬਣਾ ਲਈਏ। ਦਾਲ ਤਾਂ ਪਾਲਕ ਨਹੀਂ ਨਾ ਨਾ ਤੂੰ ਲੈ ਕੇ ਉੱਠਿਆ ਹਾਂ ਸ਼ੇਰ ਖੱਸਾ ਜੇ ਪਾਲਕ ਦਾਲ ਹੈ ਤਾਂ ਉੱਠ ਕੇ ਪੂਰਾ ਇੱਕ ਜੀ ਲੱਗਦਾ ਲੈ ਮੈਂ ਛੱਬੀ ਸਾਲ ਹੈਗੇ ਥਾਇਆ ਵਾ ਤੇ ਜਿਹਨਾਂ ਦੇ ਕਰਾਉਣਾ ਹੋਇਆ ਸਮਾਂ ਤਾਂ ਫਲੈਟਾਂ ਬੰਦ ਹੈਗੀਆਂ ਮੈਂ ਗਿਆ ਡੇਢ ਹਫ਼ਤੇ ਜਾਣਾ ਫਲੈਟਾਂ ਬੰਦ ਹੈਗੀਆਂ ਜੇ ਫਲੈਟਾਂ ਬੰਦ ਹੈਗੀਆਂ ਤਾਂ ਅਸੀਂ ਕੀ ਗੱਲ ਸਾਰੇ ਗਈਆਂ ਰੋਟੀਆਂ ਹੋਰ ਕੰਮ ਸਾਰਾ ਕਰੀ ਗਈਆਂ ਭਾਂਡੇ ਖੇਡੇ ਮਾਂਜਾਂ ਖਸ ਭਾਜੀ ਕਰਾਂ ਆਟਾ ਤਾਂ ਸਾਨੂੰ ਗੁੰਡੋ ਇੱਥੇ ਆਈ ਸੀ ਕੋਈ ਖਲ ਤਾਂ ਗੁੰਡੇ ਤਾਂ ਉੱਥੇ ਨਾ ਸਾਨੂੰ ਗੁੰਜਾ ਆਟਾ ਵੀ ਪੀੜੀ ਅੱਗੇ ਰੱਖੀ ਨਾ ਉਸ ਪੀੜੀ ਪਾਸੋਂ ਰੱਖੀ ਤਾਂ ਮੈਨੂੰ ਦੂਈ ਪੀੜੀ ਉੱਚੀ ਪਾਸ ਬਈ ਨਾ ਆਟਾ ਗੁੰਦੀ ਸੀਗਾ ਤਾਂ ਤੂੰ ਰਾਹ ਰੋਟੀਆਂ ਨਾ ਸੀ ਲੱਗਾਂ ਤਾਂ ਫਿਰ ਆਟਾ ਗੁੰਨੀ ਅਜੀਬ ਡਾਈ ਤਾਂ ਫਿਰ ਤੱਕਲੀ ਪਾ ਰੋਟੀਆਂ ਗੁੰਡਾ ਸੀ ਥੇ ਬੰਦੇ ਥੇ ਸ਼ਿਕਾਰ ਪੁਰਜੇ ਨਵੇਂ ਨਵੇਂ ਵਿਆਹ ਵਾਲਾ ਬਚਪਨ ਦਾਰੀ ਹੜੀਆਂ ਤਾਂ ਬਾਅਦ ਵਿੱਚ ਪਤਾ ਦੇਣਾ ਸਾਰੇ ਜਾਣੇ ਤੇ ਉਹਨਾਂ ਜਿਹੜਾ ਸਾਡੇ ਉਹ ਵੀ ਸਿੱਖਿਆ ਜਿਹੜਾ ਸਾਨੂੰ ਯਾਦ ਗਿਆ ਵਾ ਉਹ ਵੀ ਸਿੱਖਿਆ ਆਪਣੀ ਤਾਜ਼ਾ ਵਾ ਤੇ ਲਾਲ ਵੀ ਹੋਇਆ ਰੋਟੀਆਂ ਤੰਦੂਰੀ ਦਾ ਲਾ ਤੰਦੂਰ ਦਾ ਸਭ ਤੰਦੂਰੀ ਦਾ ਲਾ ਤਾਂ ਇਹ ਇੱਥੋਂ ਕਿਹੜੀ ਨਾ ਇੱਥੇ ਸਾਰੀ ਵੀ ਸਾਬ ਹੋਇਆ ਤਾਂ ਲਾਏ ਭਾਈ ਬਹੁਤ ਚੰਗੇ ਲਾ ਵੀ ਸੜੀ ਗਈ ਇੱਥੋਂ ਕਿਹੜੀ ਨਾ ਇੱਥੇ ਜਿਹੜੀ ਮਾਈ ਬਹੁਤ ਸਾਰੀ ਸੜੀ ਗਈ ਸੀ ਤੂੰ ਲਾਈ ਤਾਂ ਰੱਖਿਆ ਪਕਾਇਆ ਕਰਾਓ ਇੱਧਰ ਮੱਠਾ ਕੀਤਾ ਵਾ ਆਪਣਾ ਜਾਣਾ ਫਿਰ ਕੋਈ ਕਿਉਂ ਸਾਜਾ ਇੱਥੋਂ ਕੋਲ ਤੰਦੂਰੀ ਰੋਟੀ ਕਿਹੋ ਜਿਹੀ ਬਣਦੀ ਹੈ ਚਾਰ ਰੁਪਈਆ ਇੱਕ ਦੋ ਤਰੇ ਚਾਰ ਐਸ ਕੀ ਹੈ ਆਫਾ ਜਿਹਾ ਜਰਾ ਸੇਕ ਲਈ ਗਿਆ ਜਦ ਇਹਦਾ ਖਾਣਾ ਦੀ ਸੋਚ ਚੀਜ਼ ਹੋਣੀ ਹੈ ਅਤੇ ਇਹ ਵੀ ਤਾਂ ਅੱਡੀ ਜੀ ਸ਼ਮਾਰ ਨਾਲ ਖਾਣੀ ਪਈ ਇੰਨਾ ਪੁੱਥੀ ਅੱਧੀ ਮਜ਼ੇ ਦੀ ਪੰਕਤੀ ਵੀ ਤਾਂ ਮੈਂ ਤਾਂ ਹੁਣ ਸੋਚੀ ਤਾਂ ਮੈਂ ਇਸ ਕਰਕੇ ਕੀਮਤ ਬਣਾਈ ਖੜਾ ਪਾਲਕ ਉਦੋਂ ਫਿਰ ਲੇਟ ਹੋਈ ਇਸ ਕਰਕੇ ਮੈਂ ਇੱਕ ਬੈਰੀ ਬਣਸੀ ਉਹ ਤਾਂ ਬਣਾਈ ਖੜਾ ਤਾਂ ਤੰਦੂਰ ਵਾਲੀਆਂ ਰੋਟੀਆਂ ਜ਼ਰੂਰ ਜਿਸ ਕੀ ਰੋਟੀ ਤੰਦੂਰ ਵਾਲੀ ਚੰਗੀ ਲੱਗਣੀ ਗਈ ਨਾ ਤਾਂ ਘਰ ਟਰਾਈ ਕਰਿਆ ਗ੍ਰਿਲ ਲਾਈ ਬਹੁਤ ਸੋਹਣੀਆਂ ਰੋਟੀਆਂ ਪਈ ਜਾਣੀਆਂ ਤਾਂ ਕੀ ਗ੍ਰਾਸਾ ਮੈਂ ਸਵਾਦ ਸੁਣਿਆ ਜਾਵਾਂ ਗ੍ਰਿਲ ਲਾਈ ਪਲੇਟ ਰੱਖੀਆਂ ਰੋਟੀਆਂ ਫਸਟ ਕਲਾਸ ਬਣ ਸਕਦੇ ਮੈਨੂੰ ਅੱਧੇ ਵੈਸ ਤੂੰ ਰਾਏ ਰੋਟੀਆਂ ਫਿਰ ਪਕਾਉਣੀਆਂ ਨਹੀਂ ਗਾਈ ਥੈ ਤਾਂ ਖਾਸ ਕਰਨਾ ਤਾਂ ਗਰਮੀਆਂ 'ਚ ਗਰਮੀਆਂ ਵੀ ਪਹਿਲਾਂ ਰੋਟੀਆਂ ਤਾਂ ਮੱਚੀ ਪੀਣਾ ਲੱਸੀ ਬਣਾਈ ਤਾਂ ਫਿਰ ਬਾਹਰ ਗੱਡ ਨਹੀਂ ਬਹਿਣਾ ਤਾਂ ਚੱਕਾ ਤਾਂ ਫਿਰ ਬਾਹਰ ਵੀ ਨਹੀਂ ਬਣਦੀ ਮੂੰਹ ਮਜ਼ੇ ਨਹੀਂ ਬਣਦੀ ਤਾਂ ਮੈਂ ਕਿਹਾ ਫਿਰ ਦਾਲ ਵੀ ਰੋਟੀ ਵੀ ਰੋਟੀ ਉਹਦੀ ਖਾ ਸਕਦਾ ਕਈ ਵੇਲੇ ਸਿਰਫ ਸਾਰਾ ਗੱਲਾਂ ਪਾਣੀਆਂ ਮਾਈ ਤਰਫੋਂ ਸਭ ਦੇਸ਼ਕਿਆਂ ਪਰ ਦੇਸ਼ਕਿਆਂ ਭੇੜਾ ਪਾ ਕੇ ਬੂਹ ਬੂਹ ਸਲਾਮ ਦਾ ਸਿਰ ਭਰਾ ਫਿਰਿਆ ਹੋਣਾ ਆਪਣੇ ਇਤਿਹਾਸ ਵਾਲੀ ਇਹ ਕੰਮ ਕਰਨੀ ਵੀ 10 ਸਾਲ ਖਿਆਲਿਆ ਝੜੇ ਜੋ ਕਰਸੋਂ ਸਾਰੇ ਬੂਹ ਬੂਹ ਸਲਾਮ ਦਾ ਜਿਹੜੇ ਇਸ ਮੁਲਖਾਂ ਰਹਿੰਦੇ ਉਹ ਵੀ ਜਿਹੜੇ ਹੋਰਨਾਂ ਮੁਲਖਾਂ ਰਹਿੰਦੇ ਪਰਦੇਸੀ ਉਹਨਾਂ ਕੋਈ ਵੀ ਸਾਰੇ ਬੂਹ ਬੂਹ ਸਲਾਮ ਦਾ ਤਾਂ ਦੱਸਿਆ ਕੰਮ ਕਰਦਾ ਜੇ ਦਾਤ ਪਾਲੁਕ ਤਾਂ ਮੈਂ ਕਿਹਾ ਤੰਦੂਰਾਂ ਰੋਟੀਆਂ ਕਿਹੋ ਜਿਹੀਆਂ ਲੱਗੀਆਂ ਤੇ
ਇਹ ਛੋਟੀ ਜਿਹੀ ਵੀਡੀਓ ਹੋਣੀ ਹੈ, ਉਹ 'ਚ ਜੇ ਸਬਸਕ੍ਰਾਈਬ ਕਰ ਲਏ ਉਹਨਾਂ ਦੀ ਥੈਂਕ ਯੂ ਜੇ ਕਿਆ ਥੋੜ੍ਹਾ ਸਲੋ ਹੋਈ ਗਿਆ ਆਸਤੇ ਆਸਤੇ ਥੋੜ੍ਹੇ ਭੈਣ ਭਰਾ ਡਾਲ ਲੱਗੇ ਵੇ ਨਾ ਇੱਕਦਮ ਤਾਂ ਨਹੀਂ ਨਾ ਕਿ ਜੀ ਆਉਣਾ ਉਹ ਥੈਂਕ ਯੂ ਸਾਰੇ ਨੇ ਬੂਬੂ ਤਾਂ ਬੂਬੂ ਮਾਈ ਤਾਂ ਸਾਰੇ ਭੈਣਾਂ ਭਰਾ ਕਿ ਮਾਈ ਭੈਣਾਂ ਭਰਾ ਆਂਟੀਆਂ ਸਾਰੇ ਭਣੀਆਂ ਸਾਰੇ ਕਿ ਬੂਬੂ ਮਾਈ ਤਾਂ ਸਲਾਮ ਦਾ ਅਤੇ ਜਿਸ ਰੋਟੀ ਖਾਣੇ ਦੇ ਨਾਲ ਦਾਲ ਖਾਣੇ ਦੇ ਨਾਲ ਅੱਛੋ ਖੋਆ ਦਾ ਨਾਲ ਬੜੇ ਪੁਸਾਈ ਕਰੀਆ ਕੁੜੀਆਂ ਬੜੇ ਕਹਿੰਦਾ ਖਾਸੂ ਕਹਿੰਦਾ ਖਾਸੂ ਬਾਹਰ ਵਿਛਣਾ ਦੇ ਨਾਲ ਕਿੰਨੇ ਜੀ ਬੰਦਾ ਦੇ ਨਾਲ ਜੰਗ ਦਿਲ ਵੈਲ ਖਾਸੂ ਅਜੇ ਰਹਿ ਤੋਈ ਗਿਆ ਜਿੰਮਾ ਜਾ ਸਕਦਾ ਖਾਣਾ ਫਿਰ ਕਹਿਤਾ ਨੀਨਾ ਥੀ ਬਾਹਰ ਗਈ ਸੀ ਖੜੇ ਤੇ ਰੋਟੀਆਂ ਪਈ ਕਰੀ ਕਹਿੰਦੀ ਸੀ ਦਿਲ ਬਾਹਰ ਖਾਸੀ ਸੀ ਨਾ ਦਿਲ ਬਾਹਰ ਰੱਖੀ ਉਸ ਤੋਂ ਅਤੇ ਜੇ ਇਹ ਵੀਡੀਓ ਬਣਾਈ ਜਾਏ ਚੰਗੀ ਲੱਗੀ ਤਾਂ ਜ਼ਰੂਰ ਕੰਮ ਕਰ ਦੱਸਿਆ ਤੂੰ ਕਿ ਰੋਟੀਆਂ ਤੋਂ ਦਾਲ ਕਿਹੀ ਲੱਗੀ ਦੇ ਤਾਂ ਅੱਲਾ ਸੁਣਨ ਵਾਲਾ ਹੈ ਅੱਲਾ ਖਿਆਲ ਰੱਖਿਆ ਸਾਰਿਆਂ ਕਿ ਖੁਸ਼ ਰੱਖਿਆ ਹੱਸਿਆ ਬੱਸਿਆ ਰੱਖਿਆ ਮਿਰਸਾ ਘਰ ਫਿਰ ਸਹੀ ਸਹਿ ਛੋਟੀ ਜਿਹੀ ਵੀਡੀਓ ਦਾ ਦੇ ਉਹਨੂੰ ਕਹਿ ਸਕਦਾ ਇਹ ਕਿ ਵੀਡੀਓ ਬਣਾਇਆ ਕੋਲੋਂ ਤਾਂ ਜੀ ਸਾਡੇ ਤਾਂ ਮੌਸਮ ਤਾਂ ਠੀਕ ਹੋ ਸੀ ਫਿਰ ਤੱਕਿਆ ਜਾ ਸੀ ਜਾਂ ਕੰਮੇ ਪੁਜਾਈਦਾ ਠੀਕ ਆ ਲੇਟ ਹੋਈ ਜਾਂਦੇ ਆਲਾ ਭੇਜਦਾ ਫਿਰ ਸਾਡਾ ਦਿਲ ਰੀਸ ਨਾ ਕਰਦੇ ਨਾ ਅੱਲਾ ਸੁਣਨ ਵਾਲਾ ਹੈ।